गोविंद सिंह जी के प्रकाश दिहाड़े के समाणा के गुरुद्वारा रामगढ़िया तो विशाल नगर कीर्तन कटे जा रहे हैं। श्री गुरु ग्रंथ साहब जी की छत्रछाह हेठ और पंच प्यारों की अगवाई के बीच ये नगर कटे जा रहा है। वाहेगुरु जी का खालसा, वाहेगुरु जी की फतेह। अज धन श्री गुरु गोबिंद सिंह साहब जी का जन्मदिन है, जिन्होंने पूरी मनुखता के खातर अपना परिवार वार दिता सीगा, अपनी कौम की खातर। अज उन्हों का जन्मदिन है, तुहानू पता ही है, उन्हों का कहना सी 1.25 लाख से एक लाल राऊ तबे गोबिंद सिंह नाम कहाऊँ। उन्होंने इन चीज़ों को मुख रखते हुए अज साडे रामगढ़िया सभा गुरुद्वारे तो नगर कीर्तन साहब कढ़े गए हैं, जो कि सारे शहर च होंदे हुए उत्ते ही समाप्ति होएगी। तो समूह जथेबंदियां शहीद बाबा दीप सिंह दल सारी कौम अज हड़नाल चल रही है। असी कौम नूं मैसेज देना चाहते हाँ, गुरु साहब ने अपने खातर सारा परिवार बार दिता है, असी सिक्खी नूं बचा के रखीए, असी उहदे वारस हाँ। इन्नियां गल्लां कहांगे, वाहिगुरू जी का खालसा, वाहिगुरू जी की फतेह। ਬਾਜਾਂ ਵਾਲੇ ਦਾ ਨਗਰ ਕੀਰਤਨ ਨਿਕਲ ਰਿਹਾ। ਉਹਨਾਂ ਨੇ ਬਹੁਤ ਸਾਡੇ ਲਈ ਸਿੱਖੀ ਕੀਤੀ ਹੈ। 4 ਪੁੱਤਰ ਵਾਰੇ ਨੇ, ਪਿਓ ਵਾਰਿਆ, ਮਾਤਾ ਵਾਰੀ ਹੈ, ਆਪ ਵਰੇ ਨੇ। ਅਸੀਂ ਭੈਣ ਭਰਾਵੋ, ਤੁਸੀਂ ਸਿੱਖੀ ਦੇ ਚਰਨਾਂ ਵਿੱਚ ਜੁੜ ਕੇ ਰਵੋ, ਅਤੇ ਇਹਦੇ ਤੋਂ ਬਿਨਾਂ ਆਪਾਂ ਕਿਸੇ ਜੋਗੇ ਨਹੀਂ। ਪਰ ਮੇਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੇਨਤੀ ਹੈ। ਦਿੱਲੀ ਆਪਣਾ ਸਾਡੀ ਕਿਸਾਨ ਵੀਰ ਜਿਹੜੇ ਨੇ, ਆਪਣੀ ਜਿੱਤੀ ਜਾਵੇ ਮੰਗ, ਜੋ ਵੀ ਕਾਲੇ ਕਾਨੂੰਨ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰੂ ਗੋਬਿੰਦ ਸਿੰਘ ਜੀ ਦਾ 354 ਜਨਮ ਦਿਹਾੜਾ ਹੈ, ਉਹਦੇ ਖੁਸ਼ੀ ਦੇ ਵਿੱਚ ਅਸੀਂ ਅੱਜ ਲੰਗਰ ਲਾਇਆ ਸਾਰੀ ਮਾਰਕੀਟ ਵੱਲੋਂ, ਸਮੋਸਿਆਂ ਦਾ ਅਤੇ ਚਾਹ ਦਾ ਸਾਰੀ ਮਾਰਕੀਟ ਵੱਲੋਂ ਸਾਰਾ ਇਹ ਲੰਗਰ ਲੱਗਾ। ਅਸੀਂ ਮਹਾਰਾਜ ਦੀ ਕਿਰਪਾ ਕਰਨੇ ਵੀ, ਮਹਾਰਾਜ ਸਾਰੀ ਕਿਰਪਾ ਕਰੇ, ਮਹਾਰਾਜ ਦਾ ਧੰਨਵਾਦ ਕਰਨੇ ਵੀ ਇਸ ਤਰ੍ਹਾਂ ਨਗਰ ਕੀਰਤਨ ਲੰਘਦੇ ਰਹਿਣ, ਅਤੇ ਅਸੀਂ ਸੰਗਤਾਂ ਨੂੰ ਇਹ ਦਿੱਤਾ ਵੀ ਸਰਬੱਤ ਦਾ ਭਲਾ, ਸਰਬੱਤ ਦੇ ਭਲੇ ਦਾ, ਇਹ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਸਰਬੱਤ ਦਾ ਭਲਾ ਹੈ ਬਸ। ਮਹਾਰਾਜ ਅੱਜ ਜਿਹੜੀ ਉੱਥੇ ਦਿੱਲੀ 'ਚ ਕਿਸਾਨਾਂ ਦਾ ਚੱਲਦਾ ਪਿਆ, ਉਹਦੀ ਸੁਣੇ ਮਹਾਰਾਜ ਸੱਚੇ ਪਾਤਸ਼ਾਹ। ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਮਾਣਾ ਦੇ ਗੁਰਦੁਆਰਾ ਰਾਮਗੜੀਆਂ ਤੋਂ ਵਿਸ਼ਾਲ ਨਗਰ ਕੀਰਤਨ ਕੱਢੇ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਛਤਰਛਾਹ ਹੇਠ ਔਰ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਕੱਢੇ ਜਾ ਰਿਹਾ ਹੈ। ਇਸ ਬਾਰੇ ਗੱਲਬਾਤ ਕਰਦੇ ਹਾਂ, ਕੀ ਕਹਿਣਾ ਗੁਰਦਾਸ ਨਗਰ ਕੀਰਤਨ ਕੱਢੇ ਜਾ ਰਿਹਾ, ਕਿਸ ਉਪਰਖ ਦੇ ਵਿੱਚ? ਅਸੀਂ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ 'ਤੇ ਨਗਰ ਕੀਰਤਨ ਕੱਢ ਰਹੇ ਹਾਂ, ਬਹੁਤ ਹੀ ਉਤਸ਼ਾਹ ਨਾਲ। ਧੰਨ ਧੰਨ ਗੁਰੂ ਗੋਬਿੰਦ ਸਿੰਘ ਦਾ 354 ਜਨਮ ਦਿਹਾੜਾ। ਕਿੰਨੀ ਸੰਗਤਾਂ ਦਾ ਉਤਸ਼ਾਹ ਇਹਦਾ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਕੀ ਸੁਨੇਹਾ ਦੇ ਰਹੇ ਹੋ? ਗੁਰੂ ਗੋਬਿੰਦ ਸਿੰਘ ਦੇ ਜੱਥੇ ਕਦਮਾਂ ਚੱਲਣਾ ਚਾਹੀਦਾ ਆਪਾਂ ਸਾਰਿਆਂ ਨੂੰ। ਵਾਹਿਗੁਰੂ ਜੀ ਕਾ। ਸਿੱਖ ਨੌਜਵਾਨ ਜਿਨ੍ਹਾਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਕੌਮ ਦੇ ਲਈ ਬਾਹਰ ਦਿੱਤਾ, ਅੱਜ ਉਹਨਾਂ ਦਾ ਜਨਮ ਦਿਹਾੜਾ ਹੈ, ਸਭ ਨੂੰ ਮਿਲ ਜੁਲ ਕੇ ਮਨਾ ਰਹੇ ਹੈ। ਸ਼ਹਿਰ ਵਾਸੀ ਥਾਂ ਥਾਂ ਲੰਗਰ ਲਏ ਗਏ ਹੈ। ਕੈਮਰਾਮੈਨ ਬਾਸ ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।